everyone welcome to stray shortcut as it becomes easier tappa pon chuke ji punjabi university patiala di official website te jeithe may 2021 yani ki even semester de exams di fees nu no laike ek nawan notification jari hoya show karde ha ji apan nu ki zaruri soochana may 2021 de, de sare coursesan diyan regular te private ਅਤੇ ਰੀਪੇਅਰ ਕੋਰਸਾਂ ਦੀਆਂ ਪ੍ਰੀਖਿਆ ਫੀਸ ਤੇ ਪ੍ਰੀਖਿਆ ਫਾਰਮ ਭਰਉਣ ਲਈ ਯੂਨੀਵਰਸਿਟੀ ਵੱਲੋਂ ਹੇਠ ਲਿਖਿਆ ਅਨੁਸਾਰ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ ਨਿਊ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਵਿਦ ਨਿਊ ਡੇਟ ਐਂਡ ਫੀਸ ਹਾਂਜੀ ਤੁਸੀਂ ਇੱਥੇ ਦੇਖ ਸਕਦੇ ਹੋ ਸਮੈਸਟਰਸ ਅਪ੍ਰੈਲ ਮਈ ਇਵਨ ਸਮੈਸਟਰ ਦੀ ਗੱਲ ਹੋ ਰਹੀ ਹੈ ਵਿਦਆਊਟ ਲੇਟ ਫੀਸ 22 ਅਪ੍ਰੈਲ ਤਾਂ ਹੁਣ 22 ਅਪ੍ਰੈਲ ਤੱਕ ਤੁਸੀਂ ਆਪਣੀ ਇਵਨ ਸਮੈਸਟਰ ਦੀ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਉਹ ਭਰ ਸਕਦੇ ਹੋ ਸ਼ਾਮ ਨੂੰ 4 ਵਜੇ ਤੱਕ विदाउट लेट फीस 224 ਜਿਹੜੀ ਥੋੜੀ ਰੇਟ ਰਹੇਗੀ ਵਿਦ लेट फीस ਅਗਰ ਤੁਸੀਂ ਲੇਟ ਫੀਸ 28 April ਤੱਕ ਯਾਨੀ ਕਿ 28 April ਤੱਕ ਅਗਰ ਤੁਸੀਂ ਸ਼ਾਮ ਨੂੰ 7:00 ਵਜੇ ਤੱਕ ਭਰ ਦਿਓ ਤਾਂ ਤੁਹਾਨੂੰ 800 ਰੁਪਏ ਜਿਹੜੀ ਹੈ ਵਿਦ ਲੇਟ ਫੀ ਨਾਲ ਭਰਨੀ ਪੈਗੀ ਅਗਰ 4 May ਤੱਕ ਭਰ ਦਿਓ ਤਾਂ ਫਿਰ ਤੁਹਾਡੀ ਲੇਟ ਫੀਸ ਜਿਹੜੀ 1200 ਰੁਪਏ ਲੱਗੇਗੀ ਤੇ 10 May ਤੱਕ ਭਰ ਦਿਓ ਤਾਂ ਲੇਟ ਫੀਸ 5000 ਲੱਗੇਗੀ ਇਸੇ ਤਰ੍ਹਾਂ ਅਗਰ 17 May ਤੱਕ ਲੇਟ ਫੀਸ ਭਰ ਦਿਓ ਤਾਂ 10000 ਰੁਪਏ ਲੇਟ ਫੀਸ ਲੱਗੇਗੀ ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਅਗਰ ਤੁਸੀਂ ਬਿਫੋਰ 7 ਡੇਜ਼ ਆਫ ਸਟਾਰਟ ਆਫ ਸੈਮੈਸਟਰ ਐਗਜ਼ਾਮ ਜਦੋਂ ਐਗਜ਼ਾਮ ਸਟਾਰਟ ਹੋ ਜਾਣਗੇ ਉਸ ਤੋਂ 7 ਦਿਨਾਂ ਪਹਿਲਾਂ ਤੱਕ ਅਗਰ ਤੁਸੀਂ ਲੇਟ ਫੀਸ ਆਪਣੀ ਜਿਹੜੀ ਐ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰਦੇ ਹੋ ਤਾਂ ਤੁਹਾਡੀ ਲੇਟ ਫੀਸ 15000 ਰੁਪਏ ਲੱਗੇਗੀ ਤੇ ਬਿਲਕੁਲ ਐਗਜ਼ਾਮ ਸਟਾਰਟ ਹੋਣ ਤੋਂ 2 ਦਿਨ ਪਹਿਲਾਂ ਅਗਰ ਤੁਸੀਂ ਆਪਣਾ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰਦੇ ਹੋ ਤਾਂ ਤੁਹਾਡੀ ਲੇਟ ਫੀਸ 20000 ਰੁਪਏ ਲੱਗੇਗੀ ਤੇ ਨਵਾਂ ਜਿਹੜਾ ਸ਼ੈਡਿਊਲ ਹੈ ਜਾਰੀ ਕੀਤਾ ਗਿਆ ਵਿਦਆਊਟ ਲੇਟ ਫੀਸ ਤੁਹਾਡੀ ਜਿਹੜੀ ਡੇਟ ਹੈ ਉਹ 22 ਅਪ੍ਰੈਲ ਤੱਕ ਹੋ ਚੁੱਕ ਜੋ ਜਾਰੀ ਕੀ इवन ਸੈਮੈਸਟਰ ਦੇ ਐਗਜ਼ਾਮਸ ਲਈ ਚਾਹੇ ਤੁਸੀਂ ਰੈਗੂਲਰ ਪ੍ਰਾਈਵੇਟ ਜਾਂ ਫਿਰ ਰੀਪੀਅਰ ਕੋਰਸਾਂ ਦੇ ਵਿਦਿਆਰਥੀਓ ਇਹ ਸੀ ਕਿ ਜੀ ਇੰਪੋਰਟੈਂਟ ਇਨਫੋਰਮੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤੀ ਗਈ ਹੈ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ